ਮਨ ਦੀ ਜਾਏ ਕਾਬਾ ਮੰਨਿਆ ਬਾਵੇਂ ਘਰ ਰੱਬ ਦਾ ਸੀ ਪਰ ਉੱਥੇ ਪੁੱਤਾਂ ਨੇ ਛਾਂਬਣੀ ਪਾਈ ਹੋਈ ਸੀ ਸਦਕੇ ਜਾ ਇਮਰਾਨ ਦੇ ਚੰਦ ਤੋਂ ਮੈਂ ਸਦਕੇ ਜਾ ਇਮਰਾਨ ਦੇ ਚੰਦ ਤੋਂ ਮੈਂ ਅਦੀ ਜਾਏ ਤੇ ਫੇਰ ਸਫਾਈ ਹੋਈ ਸੀ
ਨਹੀਂ ਹੋਇਆ ਲੇਕਿਨ ਇੱਕ ਦਿਨ ਵਿੱਚ ਕਿਲਾ ਫਤਹ ਹੋਣ ਵਾਲਾ ਹੈ ਕਿਵੇਂ ਨਬੀ ਪਾਕ ਸਾਰਿਆਂ ਸਾਹਬਾਂ ਨੂੰ ਇਕੱਠ ਕਰਕੇ ਕਿਹਾ ਕਿਹੜੀ ਗੱਲ ਸੁਣੋ ਐ ਸਾਹਬਾ ਇੱਕ ਦਿਨ ਵਿੱਚ ਕਿਲਾ ਫਤਹ ਹੋ ਗਿਆ 49 ਦਿਨ ਵਿੱਚ ਕਿਲਾ ਫਤਹ ਨਹੀਂ ਹੋਇਆ ਸਾਹਬਾ ਪੁੱਛਦੇ ਨੇ ਐ ਆਖਰ ਕਿਵੇਂ ਤੇ ਕਹਿੰਦੇ ਨੇ ਉਹ ਅਲੀ ਆਣ ਜਿਹਨੇ ਕਿਲਾ ਇਹ ਬਣਾਇਆ ਮੌਲਾ ਅਲੀ ਪਾਕ ਮੁਸ਼ਕਿਲ ਪ੍ਰਸ਼ਾਦ ਆਪ ਜਦੋਂ ਤਸ਼ਰੀਫ ਲੈ ਆਏ ਇੱਕ ਉਂਗਲੀ ਦੇ ਨਾਲ ਜਿਹਨੂੰ ਅਸੀਂ ਆਪਣੀ ਜ਼ੁਬਾਨ ਵਿੱਚ ਚੀਚੀ ਕਹਿੰਦੇ ਹਾਂ ਚੀਚੀ ਉਂਗਲੀ ਦੇ ਨਾਲ ਕਿਲੇ ਦੇ ਦਰਵਾਜ਼ੇ ਨੂੰ ਚਾਬਕ ਦਿੱਤੀ ਇਹਨਾਂ ਨੂੰ ਅੰਦਰੋਂ ਫਾੜਿਆ ਕਿ ਕਿਲਾ ਇਹ ਖੈਬਰ ਦਾ ਦਰਵਾਜ਼ਾ ਅਜੇ ਤੱਕ ਮਿਲਿਆ ਕੋਈ ਨਹੀਂ ਮਿਲਿਆ ਕੋਈ ਨਹੀਂ 49 ਦਿਨ ਜੰਗ ਜਾ ਰਹੀ ਇੱਕ ਦਿਨ ਵਿੱਚ ਕਿਲਾ ਫਤਹ ਹੋਇਆ ਤੇ ਨਬੀ ਪਾਕ ਆਪ ਕੀ ਕਹਿੰਦੇ ਨੇ ਉਹ ਕੌਣ ਹੋਵੇਗਾ ਜਿਹੜਾ ਕਿਲਾ ਫਤਹ ਕਰੇਗਾ ਇੱਕ ਦਿਨ ਵਿੱਚ ਉਹ ਅਲੀ ਹਾਜੀ ਗੁਲਾਮ ਅਬਾਸ ਸਾਹਿਬ ਕਹਿੰਦੇ ਨੇ ਉਹ ਅਲੀ ਆਇਆ ਉਹ ਅਲੀ ਪਤਾ